ਬੀਤੀ ਰਾਤ ਪਠਾਨਕੋਟ ਵਿੱਚ ਇੱਕ ਸ਼ੱਕੀ ਕਾਰ ਬਰਾਮਦ ਹੋਣ ਦੇ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ ਸਫੇਦ ਰੰਗ ਸਕਾਰਪੀਓ ਕਾਰ ਦੀਨਾਨਗਰ ਦੇ ਬਹਿਰਾਮਪੁਰ ਦਾ ਪੁਲਿਸ ਨਾਕਾ ਤੋੜ ਕੇ ਫਰਾਰ ਹੋ ਗਈ ਸੀ। ਇਸ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਅਲਰਟ ਜਾਰੀ ਕਰ ਦਿੱਤਾ। ਪੁਲਿਸ ਵੱਲੋਂ ਚੁਫੇਰਿਓਂ ਪਿੱਛਾ ਕਰਨ ਤੇ 6 ਕਾਰ ਸਵਾਰ ਪਿੰਡ ਫਰਵਾਲ ਦੇ ਨਾਕੇ ਤੇ ਗੱਡੀ ਛੱਡ ਕੇ ਫਰਾਰ ਹੋ ਗਏ। ਇਹ ਕਾਰ ਜਿਸ ਦਾ ਨੰਬਰ JK 1927 87 ਹੈ, ਇਹ ਇੱਕ ਦਿਨ ਪਹਿਲਾਂ ਹੀ ਜੰਮੂ ਦੇ ਸਾਂਬਾ ਇਲਾਕੇ ਤੋਂ ਖੋਈ ਗਈ ਸੀ ਅਤੇ ਇਸ ਤੇ ਜਿਹੜਾ ਨੰਬਰ ਲੱਗਿਆ ਹੋਇਆ ਸੀ ਉਹ ਗੁਰਦਾਸਪੁਰ ਦਾ ਨੰਬਰ ਸੀ ਜਿਹੜਾ ਜਾਲੀ ਸੀ। ਫਿਲਹਾਲ ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਫਰਾਰ ਹੋਏ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਧਰੋਂ ਬੰਦੇ ਤਿੰਨ 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 ਚਾਰ ਬੰਦੇ ਖੋਹ ਕੇ ਲਿਆਏ ਨਾ, ਇਹਨੂੰ ਪਿੱਛੇ ਬੁਲਟਿੰਗ ਭੇਜਿਆ ਵੀ ਬੰਦੇ ਕੋਲ ਨਾਕੇ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਸ ਗੱਡੀ 'ਤੇ ਫਾਇਰਿੰਗ ਹੋਈ ਹੈ, ਪਿੱਛੇ ਬੁਲਟ ਲਗਾਉਣਾ ਗੋਲੀ ਲੱਗੀ ਸੀ। ਅਤੇ ਕੱਲ੍ਹ ਇੱਧਰ ਗੁਰਦਾਸਪੁਰ ਵਾਲੇ ਪਾਸੇ ਨੂੰ ਗਈ ਸੀ, ਉੱਥੇ ਉੱਧਰੋਂ ਕਿਤੇ ਬ੍ਰਹਮਪੁਰ ਨੂੰ ਆ ਰਹੇ ਸੀ, ਬ੍ਰਹਮਪੁਰ ਵਾਲੇ ਨਾਕੇ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਨੇ ਨਹੀਂ ਰੁਕੀ। ਉੱਥੋਂ ਫਿਰ ਇਹਨਾਂ ਪਿੱਛੇ SHO ਉਹਨਾਂ ਦਾ ਪਿੱਛਾ ਕੀਤਾ, ਇਨਵੈਸਟੀਗੇਸ਼ਨ ਜਾਰੀ ਹੈ, ਬਾਕੀ ਅਸੀਂ ਸਾਰੀ ਫੋਰਸ ਇਕੱਠੀ ਕੀਤੀ ਹੈ, ਇਕੱਠੀ ਕਰਕੇ ਇਹਦੀ ਅਸੀਂ ਸਰਚ ਆਪਰੇਸ਼ਨ ਸ਼ੁਰੂ ਕੀਤਾ।